ਪੂਰੇ ਦੇਸ਼ ਦੇ ਵਿੱਚ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਆਉਣ ਤੋਂ ਬਾਅਦ ਠੱਗੀ ਹੋਰ ਵੀ ਜ਼ਿਆਦਾ ਆਸਾਨ ਹੁੰਦੀ ਜਾ ਰਹੀ ਹੈ। ਲਗਾਤਾਰ ਸਾਈਬਰ ਠੱਗੀ ਦੇ ਨਵੇਂ ਤਰੀਕੇ ਅਪਣਾ ਕੇ ਠੱਗ ਲੋਕਾਂ ਦੀ ਸਾਰੀ ਉਮਰ ਦੀ ਮਿਹਨਤ ਦੀ ਕਮਾਈ ਤੇ ਹੱਥ ਸਾਫ਼ ਕਰ ਜਾਂਦੇ ਨੇ। ਹੁਣ ਸਾਈਬਰ ਠੱਗੀ ਦਾ ਨਵਾਂ ਤਰੀਕਾ ਨਿਵੇਸ਼ ਨੂੰ ਲੈ ਕੇ ਇਸ ਸੰਬੰਧੀ ਆਇਆ ਹੈ ਕਿ ਜਿਸ ਵਿੱਚ ਕੰਪਨੀਆਂ ਦੇ ਵਿੱਚ ਨਿਵੇਸ਼ ਕਰਨ ਦੇ ਨਾਮ ਤੇ ਵੱਡੇ ਸਟਾਰ ਦੀ ਜਾਲੀ ਵੀਡੀਓ ਅਤੇ ਪ੍ਰਮੋਸ਼ਨਲ ਵਿਗਿਆਪਨ ਬਣਾ ਕੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀ ਮਿਹਨਤ ਦੀ ਕਮਾਈ ਤੇ ਹੱਥ ਸਾਫ਼ ਕੀਤਾ ਜਾਂਦਾ ਹੈ। ਜਿਸ ਨੂੰ ਲੈ ਕੇ ਲੁਧਿਆਣਾ ਦੇ ਸਾਈਬਰ ਕ੍ਰਾਈਮ ਸੈੱਲ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਲੋਕਾਂ ਨੂੰ ਇਸ ਬਾਬਤ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਇਸ ਬਾਬਤ ਹੋਰ ਕੀ ਕਿਹਾ, ਤੁਸੀਂ ਵੀ ਸੁਣੋ। ਸਰ, ਲਗਾਤਾਰ ਜਿਹੜੇ ਸਾਈਬਰ ਠੱਗੀ ਦੇ ਮਾਮਲੇ ਆ ਵੱਧ ਰਹੇ ਨੇ, ਸੋ ਲੋਕ ਹਾਲਾਂਕਿ ਅਵੇਅਰ ਵੀ ਨੇ ਪਰ ਇਸਦੇ ਬਾਵਜੂਦ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ, ਸੋ ਨਵੇਂ ਨਵੇਂ ਰਸਤੇ ਜਿਹੜੇ ਅਪਣਾ ਰਹੇ ਨੇ ਜਿਹੜੇ ਠੱਗ ਹੈਗੇ ਨੇ, ਸੋ ਹੁਣ ਇੱਕ ਨਵਾਂ ਇਨਵੈਸਟਮੈਂਟ ਦੇ ਨਾਂ ਤੇ ਠੱਗੀ ਹੋ ਰਹੀ, ਕਿਸ ਤਰ੍ਹਾਂ ਦਾ ਮਾਮਲੇ ਆ ਰਹੇ ਨੇ ਤੇ ਕਿੱਦਾਂ ਲੋਕਾਂ ਨੂੰ ਅਵੇਅਰ ਕਰੋਗੇ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ, ਤੁਹਾਡੇ ਸਰੋਤਿਆਂ ਨੂੰ ਤੇ ਬਹੁਤ ਵਧੀਆ ਕੀਤਾ ਤੁਸੀਂ ਅੱਜ ਸਾਡੇ ਕੋਲ ਆਏ ਹੋ ਸਾਡੇ ਹੈਲਪ ਡੈਸਕ ਤੇ ਇੱਥੇ, ਤੇ ਸਾਡਾ ਮੈਸੇਜ ਵੀ ਤੁਹਾਡੇ ਰਾਹੀਂ ਸਾਡਾ ਜਿਹੜਾ ਸਪਰੈਡ ਹੋਊਗਾ। ਔਰ ਜਿਹੜੇ ਲੋਕ ਹਜੇ ਵੀ ਇਨਵੈਸਟਮੈਂਟ ਫਰੋਡ ਦੇ ਵਿੱਚ ਇਨਵੈਸਟਮੈਂਟ ਕਰ ਰਹੇ ਨੇ ਉਹ ਅਵੇਅਰ ਹੋਣਗੇ ਤੇ ਉਹ ਸਾਈਬਰ ਠੱਗੀ ਤੋਂ ਬਚ ਸਕਣਗੇ। ਦੇਖੋ ਇੱਦਾਂ ਜਿਹੜੇ ਹੁਣ ਤੱਕ ਦੇ ਸਾਡੇ ਕੋਲ ਕੇਸ ਰਿਪੋਰਟ ਹੋ ਰਹੇ ਆ ਉਹਦੇ ਵਿੱਚ ਇਹ ਦੇਖਣ 'ਚ ਆ ਰਿਹਾ ਬਹੁਤ ਸਾਰੇ ਪੜ੍ਹੇ ਲਿਖੇ ਵਿਅਕਤੀ ਜਿਹੜੇ ਬਹੁਤ ਅੱਛੀ ਸੁਸਾਇਟੀ ਔਰ ਅੱਛੇ ਬਿਜ਼ਨਸ ਚਲਾ ਰਹੇ ਨੇ ਉਹ ਇਨਵੈਸਟਮੈਂਟ ਫਰੋਡ ਦੇ ਸ਼ਿਕਾਰ ਹੋ ਰਹੇ ਨੇ। ਉਹ ਇਸ ਤਰ੍ਹਾਂ ਵੀ ਉਹ ਅਲੱਗ ਅਲੱਗ ਡੀਪ ਫੇਕ ਵੀਡੀਓਜ਼ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਸੇ ਸੈਲੀਬ੍ਰਿਟੀ ਨੂੰ ਲੈ ਕੇ ਜਾਂ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਲੈ ਕੇ ਉਹਦੇ 'ਤੇ ਡੀਪ ਫੇਕ ਵੀਡੀਓਜ਼ ਬਣਾਈਆਂ ਜਾਂਦੀਆਂ ਜਿਹਦਾ ਪ੍ਰਭਾਵ ਲੋਕਾਂ 'ਤੇ ਬਹੁਤ ਜ਼ਿਆਦਾ ਹੁੰਦਾ ਅਤੇ ਲੋਕ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖ ਕੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਸ ਤਰ੍ਹਾਂ ਦੇ ਇਨਵੈਸਟਮੈਂਟਸ ਦੇ ਵਿੱਚ ਪੈਸਾ ਲਗਾ ਰਹੇ ਨੇ ਔਰ ਬਿਨਾਂ ਸੋਚੇ ਸਮਝੇ ਬਿਨਾਂ ਇਹ ਸਮਝੇ ਕਿ ਜਿਹੜੇ ਪੈਸੇ ਉਹ ਇਨਵੈਸਟ ਕਰ ਰਹੇ ਨੇ ਉਹ ਕਿਸ ਐਪ ਦੇ ਵਿੱਚ ਜਾਂ ਕਿਸ ਅਕਾਊਂਟ ਦੇ ਵਿੱਚ ਉਹ ਪੈਸੇ ਜਾ ਰਹੇ ਨੇ ਇਸ ਨੂੰ ਕ੍ਰੋਸ ਚੈੱਕ ਬਿਲਕੁਲ ਨਹੀਂ ਕੀਤਾ ਜਾਂਦਾ ਅਤੇ ਇਹ ਫਰਜ਼ੀ ਅਕਾਊਂਟ ਦੇ ਵਿੱਚ ਪੈਸੇ ਲੈ ਕੇ ਉਹਨਾਂ ਨੂੰ ਇੱਕ ਵਰਚੁਅਲੀ ਅਮਾਊਂਟ ਦਿਖਾ ਦਿੱਤੀ ਜਾਂਦੀ ਹੈ ਵੀ ਤੁਹਾਡੀ ਜਿਹੜੀ ਇਨਵੈਸਟਮੈਂਟ ਆ ਉਹ ਇੰਨੇ ਗੁਣਾ ਹੋ ਚੁੱਕੀ ਹੈ ਔਰ ਅਤੇ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਅਲਿਓਰ ਹੋ ਕੇ ਹੋਰ ਜਿਹੜੀ ਇਨਵੈਸਟਮੈਂਟ ਕਰਨ ਲਈ ਲੁਭਾਇਆ ਜਾਂਦਾ ਅਤੇ ਲੋਕ ਇਹਨਾਂ ਦੇ ਲਾਲਚ ਵਿੱਚ ਆ ਕੇ ਇਹਨਾਂ ਦੀ ਇਨਵੈਸਟਮੈਂਟ ਕਰੀ ਜਾ ਰਹੇ ਨੇ ਔਰ ਬਹੁਤ ਵੱਡੀਆਂ ਅਮਾਊਂਟਸ ਦੇ ਇਨਵੈਸਟਮੈਂਟ ਫਰੋਡ ਹੋ ਰਹੇ ਨੇ। ਅਤੇ ਜੀ ਸਰ, ਦੇਖੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਕਿਸੇ ਵੀ ਜਿਸਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਤੁਸੀਂ ਐਡਵਰਟਾਈਜ਼ਮੈਂਟ ਨੂੰ ਲੈ ਕੇ ਉਹਦੇ ਵਿੱਚ ਡੀ ਫੇਕ ਵੀਡੀਓਜ਼ ਕ੍ਰੀਏਟ ਬਣਾ ਕੇ ਅਤੇ ਲੋਕਾਂ ਨੂੰ ਲੁਭਾਇਆ ਜਾਂਦਾ ਅਤੇ ਲੋਕ ਇਸ ਨੂੰ ਰਿਸਪੋਂਡ ਕਰ ਬੈਠਦੇ ਹੈ ਵੀ ਜੇ ਇਸ ਤਰ੍ਹਾਂ ਦਾ ਕੋਈ ਵਿਅਕਤੀ ਇਸ ਚੀਜ਼ਾਂ ਦੇ ਵਿੱਚ ਇਨਵੈਸਟ ਕਰ ਰਿਹਾ ਤਾਂ ਜ਼ਰੂਰ ਹੋ ਸਕਦਾ ਇਹਦੀ ਸੱਚਾਈ ਨੂੰ ਜਾਣੇ ਬਿਨਾਂ ਉਹ ਇਨਵੈਸਟਮੈਂਟ ਫਰੋਡ ਨੂੰ ਜਿਹੜਾ ਵਾ ਰਿਸਪੋਂਡ ਕਰ ਬੈਠਦੇ ਆ ਅਤੇ ਇਨਵੈਸਟਮੈਂਟ ਫਰੋਡ ਦੇ ਸ਼ਿਕਾਰ ਹੋ ਜਾਂਦੇ ਆ। ਸਰ, ਕਿੰਨੇ ਕੁ ਕੇਸ ਆ ਰਹੇ ਆ ਤੇ ਲੋਕ ਕਿੱਦਾਂ ਜਿਹੜੇ ਆ ਉਹ ਇਸ ਤੋਂ ਬਚ ਸਕਦੇ? ਦੇਖੋ ਨੰਬਰ ਆਫ ਕੇਸਿਸ ਰਿਪੋਰਟ ਹੋ ਰਹੇ ਆ ਇਨਵੈਸਟਮੈਂਟ ਫਰੋਡ ਦੇ ਖਾਸ ਕਰਕੇ ਔਰ ਤੁਹਾਨੂੰ ਹੈਰਾਨਗੀ ਹੋਵੇਗੀ ਇਹਦੇ ਵਿੱਚ ਸਾਰੇ ਹੀ ਪੜ੍ਹੇ ਲਿਖੇ ਔਰ ਚੰਗੇ ਬਿਜ਼ਨਸਮੈਨ ਵਿਅਕਤੀ ਜਿਹੜੇ ਆ ਇਹਦੇ ਇਨਵੈਸਟਮੈਂਟ ਫਰੋਡ ਦੇ ਸ਼ਿਕਾਰ ਹੋ ਰਹੇ ਆ। ਦੇਖੋ ਬਚਣ ਦਾ ਇੱਕੋ ਇੱਕ ਤਰੀਕਾ ਤੁਹਾਡੀ ਅਵੇਅਰਨੈਸ ਅਤੇ ਸਮਝਦਾਰੀ, ਤੁਸੀਂ ਜੇਕਰ ਕ੍ਰੋਸ ਚੈੱਕ ਕਰੋਗੇ ਜੇਕਰ ਸੋਸ਼ਲ ਮੀਡੀਆ ਦੇ ਇਸ ਪਲੇਟਫਾਰਮ ਦੇ ਉਸਦੇ ਉੱਥੇ ਕਮੈਂਟਸ ਬਾਕਸ 'ਚ ਜਾ ਕੇ ਤੁਸੀਂ ਕਮੈਂਟਸ ਦੇਖੋਗੇ ਔਰ ਬਹੁਤ ਸਾਰੇ ਤੁਸੀਂ ਇਸ ਤਰ੍ਹਾਂ ਦੇ ਦੇਖੋਗੇ ਕਮੈਂਟਸ ਉਹਨਾਂ ਦੀ ਟੀਮ ਵੱਲੋਂ ਹੀ ਇੱਦਾਂ ਦੇ ਕਮੈਂਟਸ ਕੀਤੇ ਜਾਂਦੇ ਆ ਵੀ ਸਾਨੂੰ ਇਸ ਵਿੱਚ ਬਹੁਤ
ਜ਼ਿਆਦਾ ਬੈਨੀਫਿਟ ਹੋ ਗਿਆ, ਰਿਸਪੋਂਡ ਹੋ ਗਿਆ, ਔਰ ਲੋਕਾਂ ਨੂੰ ਵਿਸ਼ਵਾਸ ਵਿੱਚ ਲੈਣ ਲਈ ਇਸ ਤਰ੍ਹਾਂ ਦੇ ਕਮੈਂਟਸ ਕਰਵਾਏ ਜਾਂਦੇ ਆ। ਇਸ ਕਰਕੇ ਜਦੋਂ ਤੁਸੀਂ ਉਸ ਅਕਾਊਂਟ ਨੂੰ ਚੈੱਕ ਕਰੋਗੇ ਜਾਂ ਆਈ ਪੀ ਓ ਨੂੰ ਜਾਂ ਐਪ ਨੂੰ ਜਿਸ ਰਾਹੀਂ ਪੈਸੇ ਇਨਵੈਸਟ ਕਰਵਾਏ ਜਾਂਦੇ ਆ, ਤਾਂ ਤੁਹਾਨੂੰ ਇਹ ਭਲੀ ਭਾਂਤੀ ਤੁਸੀਂ ਸਮਝ ਸਕੋਗੇ ਵੀ ਇਹ ਜਿਹੜੇ ਇਹ ਪੈਸੇ ਫਰੋਡ ਰਾਹੀਂ ਫਰੋਡ ਅਕਾਊਂਟਸ ਦੇ ਵਿੱਚ ਪਾਏ ਜਾ ਰਹੇ ਆ। ਸਰ, ਕਿਸ ਤਰ੍ਹਾਂ ਜਿਹੜੇ ਲੋਕ ਸਾਈਬਰ ਹੈਲਪਲਾਈਨ ਦੀ ਹੈਲਪ ਮਦਦ ਲੈ ਸਕਦੇ ਆ ਜੇਕਰ ਅਜਿਹੇ ਕੋਈ ਠੱਗੀ ਦਾ ਸ਼ਿਕਾਰ ਹੋ ਜਾਂਦੇ? ਦੇਖੋ, ਪਹਿਲਾਂ ਹੀ ਸਾਡੀ 24 ਆਵਰ ਜਿਹੜੀ ਲੁਧਿਆਣਾ ਕਮਿਸ਼ਨਰੇਟ ਦੀ ਜਿਹੜੀ ਹੈਲਪ ਡੈਸਕ ਚੱਲ ਰਹੀ ਹੈ, 24 ਘੰਟੇ ਅਸੀਂ ਜੇਕਰ ਕੋਈ ਵਿਅਕਤੀ ਨਾਲ ਇਮੀਡੀਏਟ ਫਰੋਡ ਹੋ ਜਾਂਦਾ ਉਹ ਇਮੀਡੀਏਟ ਰਿਸਪੋਂਡ ਕਰਦਾ, 1930 'ਤੇ ਕੰਪਲੇਂਟ ਕਰ ਸਕਦਾ, 155-260 'ਤੇ ਟੈਲੀਫੋਨਿਕਲੀ ਘਰੋਂ ਬੈਠੇ ਹੀ ਆਪਣੀ ਕੰਪਲੇਂਟ ਰਜਿਸਟਰ ਕਰਵਾਈ ਜਾ ਸਕਦੀ ਹੈ, ਅਤੇ ਸਾਡੀ ਜਿਹੜੀ ਹੈਲਪ ਡੈਸਕ ਵੱਲੋਂ ਬੈਕਐਂਡ 'ਤੇ ਉਹਨਾਂ ਦੀ ਕੰਪਲੇਂਟ ਨੂੰ ਪਰਸਿਊ ਕੀਤਾ ਜਾਂਦਾ। ਜੇਕਰ ਕਿਸੇ ਵਿਅਕਤੀ ਨੂੰ ਇਸ ਸੰਬੰਧੀ ਨਹੀਂ ਪਤਾ ਜਾਂ ਕੰਪਲੇਂਟ ਨਹੀਂ ਰਜਿਸਟਰ ਕਰਵਾ ਸਕਦਾ, ਤਾਂ 24 ਘੰਟੇ ਜਦੋਂ ਮਰਜ਼ੀ 7 ਡੇ ਸਾਡੇ ਇੱਥੇ ਹੈਲਪ ਡੈਸਕ 'ਤੇ ਵਿਜ਼ਿਟ ਕਰਕੇ ਸਰਾਭਾ ਨਗਰ ਆਪਣੀ ਕੰਪਲੇਂਟ ਰਜਿਸਟਰ ਕਰਵਾ ਸਕਦਾ। ਅਸੀਂ ਜਿਹੜੀ ਆ ਇਮੀਡੀਏਟ ਉਹਨਾਂ ਦੀ ਕੰਪਲੇਂਟ ਰਜਿਸਟਰ ਕਰਕੇ ਫਾਈਨੈਂਸ਼ੀਅਲ ਫਰੋਡ ਦੇ ਵਿੱਚ ਇਮੀਡੀਏਟ ਉਹਦੀ ਹੈਲਪ ਕਰਦੇ ਹਾਂ। ਸਰ, ਦੇਖਿਆ ਜਾਂਦਾ ਸੀ ਕਿ ਪਹਿਲਾਂ ਜਿੱਦਾਂ ਪੈਸੇ ਕੱਢੇ ਜਾਂਦੇ ਸੀ ਤਾਂ 1-2 ਦਿਨ ਦਾ ਸਮਾਂ ਹੁੰਦਾ ਸੀ ਕਿ ਜਦੋਂ ਪੈਸੇ ਆਉਂਦੇ ਸੀ, ਹੁਣ ਲੋਕ ਕਹਿੰਦੇ ਨੇ ਵੀ ਸਾਡਾ ਵੀ ਪੈਸੇ ਹੁਣ ਵਾਪਸ ਨਹੀਂ ਆਉਂਦੇ, ਕੀ ਲੱਗਦਾ ਵੀ ਜਿਹੜੀ ਸਾਈਬਰ ਠੱਗੀ ਆ ਉਹ ਜਿਹੜੀ ਟੈਕਨੀਕਲ ਤੌਰ 'ਤੇ ਬਹੁਤ ਸਟਰੋਂਗ ਹੋ ਗਈ ਹੈ ਅਤੇ ਹੁਣ ਪੈਸੇ ਕਢਾਉਣੇ ਵੀ ਬੜੇ ਮੁਸ਼ਕਿਲ ਹੈ? ਦੇਖੋ, ਮੈਂ ਪਹਿਲਾਂ ਜਿੱਦਾਂ ਤੁਹਾਨੂੰ ਦੱਸ ਰਿਹਾ, ਜੇ ਕਿਸੇ ਵਿਅਕਤੀ ਨਾਲ ਸਾਈਬਰ ਖਰੀਦੀ ਠੱਗੀ ਹੋ ਜਾਂਦੀ ਹੈ, ਉਹਨੂੰ ਕਲਿੱਕ ਕਰਦਾ ਵੀ ਮੇਰੇ ਨਾਲ ਠੱਗੀ ਹੋ ਗਈ, ਤਾਂ 1930 'ਤੇ ਜਾਂ ਸਾਈਬਰ ਹੈਲਪ ਡੈਸਕ 'ਤੇ ਕਰਾਵੇ ਕੰਪਲੇਂਟ ਰਜਿਸਟਰ ਕਰਾਉਂਦਾ, ਤਾਂ ਇਮੀਡੀਏਟ ਜਿਹੜੀ ਆ ਉਹਦੇ ਪੈਸੇ ਵਾਪਸ ਹੋ ਸਕਦੇ ਆ। ਜੇਕਰ ਉਹ ਪੈਸੇ ਕਿਸੇ ਪਾਈਪਲਾਈਨ ਦੇ ਵਿੱਚ ਬਲੌਕ ਹੋ ਜਾਣ ਜਾਂ ਫਰੀਜ਼ ਹੋ ਜਾਣ, ਤਾਂ ਜਿਹੜੇ ਪੈਸੇ ਉਹ ਵਾਪਸ ਹੋ ਸਕਦੇ ਆ।